ਸਾਡੀ ਅੱਜ ਦੀ ਵੀਡੀਓ ਦਾ ਮੌਜੂ ਹੈਗਾ ਹੈ ਐਰੋਜੈਲ ਦਾ ਤਾਰਫ ਯਾਨੀ ਇੰਟਰੋਡਕਸ਼ਨ ਟੂ ਐਰੋਜੈਲ। ਐਰੋਜੈਲ ਕੀ ਹੁੰਦਾ ਹੈ? ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਐਰੋਜੈਲ ਜਿਹੜਾ ਹੈ ਇੱਕ ਐਸਾ ਮਾਦਾ ਹੁੰਦਾ ਹੈ ਜਿਹਦੇ ਵਿੱਚ 99.8% ਹਵਾ ਮੌਜੂਦ ਹੁੰਦੀ ਹੈ, ਯਾਨੀ ਇਹ ਬਹੁਤ ਹੀ ਹਲਕਾ ਹੁੰਦਾ ਹੈ, ਬਹੁਤ ਜ਼ਿਆਦਾ ਹਲਕਾ ਹੁੰਦਾ ਤੇ ਟੋਸ ਦੀ ਸ਼ਕਲ 'ਚ, ਲੇਕਿਨ ਕਿਉਂਕਿ ਇਹਦਾ ਜ਼ਿਆਦਾਤਰ ਹਿੱਸਾ ਹਵਾ ਹੁੰਦੀ ਹੈ ਲਿਹਾਜ਼ਾ ਇਹ ਬਹੁਤ ਜ਼ਿਆਦਾ ਹਲਕਾ ਹੁੰਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਇਹ ਕਿਸ ਤਰ੍ਹਾਂ ਤਿਆਰ ਹੁੰਦਾ ਹੈ, ਤੇ ਇਹਦੇ ਤਿਆਰ ਕਰਨ ਦਾ ਤਰੀਕਾਕਾਰ ਇਹ ਹੈ ਕਿ ਲੈਬਾਰਟਰੀ ਵਿੱਚ ਇੱਕ ਆਲਾ ਹੁੰਦਾ ਹੈ ਜਿਹਨੂੰ ਆਟੋਕਲੇਵ ਆਖਦੇ ਆ, ਉਹਦੇ ਵਿੱਚ ਅਸੀਂ ਉਸ ਮਾਏ ਨੂੰ ਗਰਮ ਕਰਦੇ ਹਾਂ। ਕਿਹੜੇ ਮਾਏ ਨੂੰ? ਜੈਲੀ ਨੂੰ। ਦੇਖੋ ਜਦੋਂ ਦੋਸਤੋ ਆਮ ਜਿਹੜੀ ਜੈਲੀ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਹਵਾ ਦੀ ਜਗ੍ਹਾ ਤੇ ਮਾਇਆ ਭਰਿਆ ਹੁੰਦਾ ਹੈ, ਉਸ ਜੈਲੀ ਨੂੰ ਅਸੀਂ ਐਰੋਜੈਲ ਦੇ ਵਿੱਚ ਤਬਦੀਲ ਕਰਨ ਵਾਸਤੇ ਕੀ ਕਰਦੇ ਹਾਂ, ਐਰੋ ਆਟੋਕਲੇਵ ਦੇ ਵਿੱਚ ਰੱਖ ਕੇ ਉਹਨੂੰ ਅਸੀਂ ਕ੍ਰਿਟੀਕਲ ਟੈਂਪਰੇਚਰ ਦੇ ਉੱਤੇ ਗਰਮ ਕਰਦੇ ਹਾਂ ਔਰ ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਜਿਹੜਾ ਮਾਇਆ ਹੈ ਉਹਦੀ ਜਗ੍ਹਾ ਤੇ ਉਹਦੇ ਵਿੱਚ ਹਵਾ ਭਰੀ ਜਾਂਦੀ ਹੈ ਔਰ ਐਰੋਜੈਲ ਤਿਆਰ ਹੋ ਜਾਂਦਾ ਹੈ। ਹੁਣ ਤੀਸਰੀ ਗੱਲ ਇਹ ਵੀ ਇਹਦਾ ਰੰਗ ਜਿਹੜਾ ਹੈਗਾ ਦੋਸਤੋ ਅਸਮਾਨੀ ਨੀਲਾ ਹੈਗਾ, ਇਸ ਤੋਂ ਇਹਦੀ ਕੀ ਵਜ੍ਹਾ ਹੈਗੀ ਹੈ? ਇਹ ਵਜ੍ਹਾ ਇਹਦੀ ਮੈਂ ਤੁਹਾਨੂੰ ਦੱਸਦਾ ਹੈ ਕਿ ਜਿਵੇਂ ਸਾਨੂੰ ਅਸਮਾਨ ਦਾ ਰੰਗ ਨੀਲਾ ਨਜ਼ਰ ਆਉਂਦਾ ਹੈ ਜੋ ਉਹਦੀ ਵਜ੍ਹਾ ਹੈ ਉਹੀ ਇਹਦੀ ਵਜ੍ਹਾ ਹੈ, ਯਾਨੀ ਕਿ ਰੋਸ਼ਨੀ ਦੀ ਜਿਹੜੀ ਸ਼ਿੱਦਤ ਜਿਹਨੂੰ ਅਸੀਂ ਇੰਟੈਂਸਿਟੀ ਆਖਦੇ ਹਾਂ ਉਹ ਉਹਦੀ ਵੇਵਲੈਂਥ ਦੀ ਜਿਹੜੀ ਚੌਥੀ ਤਾਕਤ ਹੈ ਉਹਦੇ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ। ਲਿਹਾਜ਼ਾ ਐਰੋਜੈਲ ਜਿਹੜਾ ਹੈ ਉਹ ਰੋਸ਼ਨੀ ਦੀ ਜਿਹੜੀ ਵੇਵਲੈਂਥ ਨੂੰ ਰਿਫਲੈਕਟ ਕਰਦਾ ਹੈ ਉਹ ਨੀਲੀ ਹੁੰਦੀ ਹੈ, ਉਹਦੀ ਵਜ੍ਹਾ ਤੋਂ ਇਹ ਨੀਲਾ ਨਜ਼ਰ ਆਉਂਦਾ ਹੈ, ਅਸਮਾਨ ਦੀ ਵਜ੍ਹਾ ਵੀ ਇਹੀ ਹੈ। ਔਰ ਚੌਥੀ ਗੱਲ ਇਹ ਵੀ ਇਹ ਹਰਾਰਤ ਦਾ ਬਦਤਰੀਨ ਮੁਸਲ ਹੁੰਦਾ ਹੈ, ਬਿਲਕੁਲ ਇਹ 'ਚ ਹਰਾਰਤ ਨਹੀਂ ਗੁਜ਼ਰ ਸਕਦੀ, ਉਹਦੀ ਵਜ੍ਹਾ ਇਹ ਹੈ ਕਿ ਇਹਦੇ ਵਿੱਚ ਜਿਹੜੀ ਨੈਨੋ ਸਕੇਲ ਦੀ ਪੋਰਸ ਹੁੰਦੀਆਂ ਨੇ, ਸੁਰਾਖ ਜਿਹੜੀ ਬਹੁਤ ਛੋਟੇ ਸੁਰਾਖ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਹਵਾ ਫਸੀ ਹੋਈ ਹੁੰਦੀ ਹੈ ਉਹਦੇ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਹਰਕਤ ਕਰਨ ਦੀ ਕਿ ਉਹ ਦੂਸਰੀ ਜਿਹੜੀ ਹਵਾ ਦੇ ਮਾਲੀਕੂਲ ਹੈਗੇ ਆ ਉਹਨਾਂ ਦੇ ਨਾਲ ਜਾ ਕੇ ਟਕਰਾ ਸਕੇ, ਯਾਨੀ ਮੀਨ ਫ੍ਰੀ ਪਾਰਟਸ ਉਹ ਹਵਾ ਦਾ ਜਿਹੜਾ ਹੈ ਬਹੁਤ ਘੱਟ ਹੁੰਦਾ ਹੈ, ਲਿਹਾਜ਼ਾ ਹਰਾਰਤ ਜਦੋਂ ਇਹਨੂੰ ਥੱਲਿਓਂ ਅਸੀਂ ਦਿੰਦੇ ਹਾਂ ਉਹ ਉੱਪਰ ਮੁੰਤਕਿਲ ਨਹੀਂ ਹੁੰਦੀ, ਬਿਲਕੁਲ ਨਹੀਂ ਹੁੰਦੀ। ਔਰ ਪੰਜਵੀਂ ਗੱਲ ਇਹ ਵੀ ਨਾਸਾ ਜਿਹੜਾ ਹੈ ਅਮਰੀਕੀ ਅਦਾਰਾ ਖਲਾਈ ਤਹਿਕੀਕ ਦਾ ਅਦਾਰਾ ਉਹ ਇਹਨੂੰ ਇਸਤੇਮਾਲ ਕਰ ਰਿਹਾ ਹੈ ਖਲਾ ਦੀ ਯਾਨੀ ਅਸਮਾਨੀ ਖਾਕ ਹਾਸਲ ਕਰਨ ਵਾਸਤੇ ਕਿਉਂਕਿ ਇਹ ਜਜ਼ਬ ਕਰ ਲੈਂਦਾ ਚੀਜ਼ਾਂ। ਔਰ ਛੱਡੀ ਗੱਲ ਵੀ ਚੀਜ਼ ਤੇ ਬੜੇ ਕੰਮ ਦੀ ਹੈ ਲੇਕਿਨ ਇਹ ਸਸਤਾ ਨਹੀਂ ਹੈਗਾ, ਇਹਨੂੰ ਬਣਾਉਣਾ ਫਿਲਹਾਲ ਮਹਿੰਗਾ ਹੈ, ਇਹਨੂੰ ਸਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਖਰੀ ਗੱਲ ਇਹ ਪਾਣੀ ਜਿਹੜਾ ਹੈ ਉਹਦੇ ਨਾਲ ਇਤਬਾਹ ਹੋ ਜਾਂਦਾ ਹੈ, ਯਾਨੀ ਪਾਣੀ ਨੂੰ ਜਜ਼ਬ ਕਰ ਲੈਂਦਾ ਹੈ, ਲਿਹਾਜ਼ਾ ਇਸ ਮੌਜੂਦ ਉੱਤੇ ਤਹਿਕੀਕ ਜਾਰੀ ਹੈ ਕਿ ਕਿਸੇ ਤਰ੍ਹਾਂ ਇਹਨੂੰ ਪਾਣੀ ਤੋਂ ਟਰਾਂਸਪੇਰੈਂਟ ਬਣਾਇਆ ਜਾਵੇ, ਯਾਨੀ ਪਾਣੀ ਦਾ ਇਹਦਾ ਕੋਈ ਅਸਰ ਨਾ ਹੋਵੇ। ਅਗਰ ਇਹ ਤਹਿਕੀਕ ਕਾਮਯਾਬ ਹੋ ਜਾਂਦੀ ਹੈ ਤਾਂ ਦੋਸਤੋ ਐਰੋਜੈਲ ਜਿਹੜਾ ਹੈ ਇੱਕ ਬਹੁਤ ਹੀ ਮੁਫੀਦ ਮਾਦਾ ਸਾਡੇ ਕੋਲ ਆ ਜਾਏਗਾ ਔਰ ਅੱਗੇ ਆਉਣ ਵਾਲੇ ਵਕਤ 'ਚ ਇਹਦੇ ਬੇਸ਼ੁਮਾਰ ਇਸਤੇਮਾਲਾਤ ਹੋਣਗੇ। ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਰੱਬ ਰੱਖ।